ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ। ਟੱਕਰ ਹੋ ਗਈ ਵਕਾਸ ਬੁੱਜਰ ਦਾ, ਦੇਖੋ ਕੀ ਇਸ਼ਾਰਾ ਡਾਕਟਰ ਮੁਹੰਮਦ ਅਰਸ਼ਦ ਦਾ ਇਸ਼ਾਰਾ, ਕਹਿੰਦੇ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੰਨੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ ਪਰ ਜਫਾ ਕੰਨੇ ਕੰਨੇ ਦਾ। ਲਾਲਾ ਬੈਦੁੱਲਾ ਕੰਬੋ ਕਹਿੰਦੇ ਇਹ ਸ਼ਹੀਦ ਪਾਕਿਸਤਾਨ ਏਅਰਫੋਰਸ ਦਾ ਨਾਮ ਇਹਦਾ ਲਾਲਾ ਬੈਦੁੱਲਾ ਜੀ, ਲੱਗਦਾ ਇਹ ਐਵੇਂ ਜਿਵੇਂ ਮੈਦਾਨ ਵਿੱਚ ਸ਼ੇਰ ਹੁੰਦਾ ਖੁੱਲਾ ਜੀ। ਲਾਲਾ ਬੈਦੁੱਲਾ ਕੰਬੋ ਮੁਸ਼ਰਫ ਜਵੈਦ ਜਲਜੂਆ ਇਸ ਟੁੱਕਰ ਤੇ, ਇੱਕ ਤੇ ਜਾਨੀ ਸੁਨਿਆਰ ਮੌਸਮ ਦੇਖੋ ਮੁਸ਼ਰਫ ਜਵੈਦ ਜਲਜੂਆ ਜਾਫੀ ਵੀ ਚੰਗਾ ਤੇ ਚਾਹ ਵੀ ਚੰਗਾ, ਜ਼ਬਰਦਸਤ ਟੱਕਰ ਜਿੱਥੇ ਗੁੱਠਾ ਹਵਾਈ ਦੋਨੋ ਤੇ ਬਚ ਗਿਆ ਨਨਕਾਰਾ। ਹੁਣ ਤਾਂ ਨੰਬਰ ਉਹਨੇ ਖਾਣਾ ਜਿਹੜਾ ਹੋਈ ਜਾਣ ਵਿੱਚ ਭਾਰਾ। ਜਵਾਨ ਸੋਹਣੇ ਹੱਥ ਧੋਣ ਤੇ ਮੋੜ ਨਹੀਂ ਕਰਨ ਦਿੰਦੇ, ਹੱਥ ਪੱਟਾਂ ਤੇ ਮਾਰ ਕੇ ਘੂਰਦੇ ਨੇ, ਉੱਚੀ ਅੱਖ ਨਹੀਂ ਕਿਸੇ ਨੂੰ ਕਰਨ ਦਿੰਦੇ ਤੇ ਬਾਹਾਂ ਖੋਲ ਪੰਜਾਬ ਦੇ ਜੋਸ਼ ਸਾਗੀ ਵਿੱਚ ਪੀੜਾਂ ਦੇ ਜੋਸ਼ ਨਹੀਂ ਹਰਨ ਦਿੰਦੇ। ਮੁਸ਼ਰਫ ਜਵੇਦ ਜਲਜੂਆ ਵੀ ਮੰਗੀ ਤੋਂ ਘੱਟ ਨਹੀਂ ਕਿ ਸੂਰਜ ਚੰਨ ਸਿਤਾਰੇ ਵੇਖੋ, ਅੱਖੀ ਭੋਲੂ ਚਾਰੇ ਵੇਖੋ, ਦੇਸ਼ ਪੰਜਾਬ ਦੇ ਪਿਆਰੇ ਵੇਖੋ, ਲਾਲਾ ਦੇਵਨ ਚਾਰੇ ਵੇਖੋ। ਲਓ ਇੱਧਰ ਆਇਆ ਹੋਇਆ ਮੁਹੰਮਦ ਸਦੀਕ ਚਿਸ਼ਤੀ ਜਾਪੀ ਦਾ, ਇਹ ਹੈ ਗੱਭਰੂ ਨੌਜਵਾਨ ਲਾਲਾ ਅਬੈਦੁੱਲਾ ਖੰਬੋ ਮਾਇਕ ਕਬੱਡੀ ਦੇ ਨਾਲ ਸ਼ੌਕ ਦੇ ਲਾਲਾ ਅਬੈਦੁੱਲਾ ਪਾਉਂਦਾ ਭੰਗੜੇ ਵਿੱਚ ਮੈਦਾਨ ਆਇਆ। ਬੜੇ ਤਾਕਤਾਂ ਜਾਪੀ ਏ ਚੰਦਰਾ ਸ਼ਰਤੀ ਦੀ ਚਾਬੀ ਗਵਾਚੀ ਏ ਤਗੜਾ ਦੇ ਪਾ ਕੇ ਪੁਆਇੰਟ ਜੋ ਹੈ ਪਾਕਿਸਤਾਨ ਬਾਬਰ ਦੀ ਟੀਮ ਦੀ ਝੋਲੀ ਦੇ ਵਿੱਚ ਪਾਇਆ। ਅੱਜ ਲੱਖਾਂ ਦੇ ਅੰਕ ਇਸ ਨੌਜਵਾਨ ਨੇ ਆਪਣੀ ਟੀਮ ਦੇ ਵਿੱਚ ਜੋੜਿਆ। ਲਓ ਤਿੰਨ ਪੁਆਇੰਟ ਦੇ ਪਾਕਿਸਤਾਨ ਏ ਫੋਰ ਤਿੰਨ ਪੁਆਇੰਟ ਪਾਕਿਸਤਾਨ ਨੌਜ ਦਾ ਤਿੰਨ ਪੁਆਇੰਟ ਹਰੇਕ ਉੱਤੇ ਯਾਸਰ ਸੀਮਾ ਭਾਈ ਮੇਰੀ ਵਾਲੇ ਅੱਗੇ ਪਿੱਛੇ ਫਿਰ ਉਧਰੋਂ ਹਾਂਜੀ ਕਹਿੰਦੇ ਨੌਜਵਾਨ ਦਾ ਨਾਂ ਹੈ ਯਾਸਰ ਸੀਮਾ ਨਾ ਲੱਗਾ ਹੋਇਆ ਇਹ ਗੱਭਰੂ ਆਸਫ ਮੌਲਾ, ਦੋ ਵਰਲਡ ਕੱਪ ਖੇਡਣ ਵਾਲਾ ਗੱਭਰੂ ਔਰ ਇੱਕ ਵਰਲਡ ਕੱਪ ਖੇਡਣ ਵਾਲਾ ਨਿਕਲਣ ਵਾਲਾ ਇਹ 2010 ਦੇ ਵਿੱਚ ਵਰਲਡ ਕੱਪ ਦਾ ਇਹ ਇਸ ਨੌਜਵਾਨ ਨੇ ਖੇਡਣ ਦਾ ਲਾਭ ਹਾਸਲ ਕੀਤਾ ਔਰ ਇਸ ਨੌਜਵਾਨ ਨੇ 11 ਔਰ 12 ਦੇ ਦੋ ਵਰਲਡ ਕੱਪ ਖੇਡੇ। ਲਓ ਫਿਰ ਮੁਹੰਮਦ ਇਰਫਾਨ ਭਾਗਣੀ ਪਈ ਹੋਈ ਕਬੱਡੀ ਚੱਲ ਸੋਹਣੇ ਆ ਅਸੀਂ ਗੱਭਰੂ ਪੁੱਤ ਪੰਜਾਬ ਦੇ ਸਾਡਾ ਜਗ ਦੇ ਉੱਤੇ ਨਾਂ ਹਾਂਜੀ ਜਿਵੇਂ ਸੰਘਣਾ ਬੂਟਾ ਮੋੜਦਾ ਸਾਡੀ ਚਾਰ ਚੁਫੇਰੇ ਸ਼ਾਹ ਸਾਡੀ ਚਾਰ ਚੁਫੇਰੇ ਸ਼ਾਹ ਲਓ ਚਾਰ ਪੁਆਇੰਟ ਦੋਨਾਂ ਪਾਸੋਂ ਕਪਤਾਨ ਦੋਨੇ ਗਰਵ ਫਿਰ ਬਾਈ ਯਾਰ ਆਇਆ ਹੋਇਆ ਨੌਜਵਾਨ ਸ਼ਬੀਕ ਚਿਸ਼ਤੀ ਗੱਲ ਸੋਹਣਿਆ ਮੁਹੰਮਦ ਸ਼ਬੀਕ ਚਿਸ਼ਤੀ ਵਕਤ ਪਾ ਕੇ ਨਾਲ ਬ੍ਰਿਖ ਨਿਕਲੇ ਤੇ ਕਢਾ ਸ਼ਕੀਨਾਂ ਦੀ ਚੀਕ ਚਿਸ਼ਤੀ ਸ਼ਾਹ ਜੱਟ ਨੇ ਚੰਡ ਕੇ ਕੱਢਿਆ ਏ ਵਿੱਚ ਮੈਦਾਨ ਕਮਾਂਡਰ ਸ਼ਬੀਕ ਚਿਸ਼ਤੀ ਵਿੱਚ ਮੈਦਾਨ ਕਮਾਂਡਰ ਸ਼ਬੀਕ ਚਿਸ਼ਤੀ ਪੁਆਇੰਟ ਕਮਾਂਡਰ ਸ਼ਬੀਕ ਚਿਸ਼ਤੀ ਦੇ ਹਿੱਸੇ ਜੁੜਿਆ ਜੀ। ਧੰਨ ਭਾਗ ਦੇ ਉਹਨਾਂ ਮਾਪਿਆਂ ਦੇ ਜਿੰਨਾ ਪਾਲ ਕੇ ਗੱਭਰੂ ਜਵਾਨ ਕੀਤੇ ਦੇ ਕੇ ਸਿੱਖਿਆ ਪ੍ਰੇਮ ਕਮਾਲ ਵਾਲੀ ਫਿਰ ਕੌਡੀ ਦੇ ਖੇਡ ਨੂੰ ਦਾਨ ਕੀਤੇ ਫਿਰ ਕੌਡੀ ਦੇ ਖੇਡ ਨੂੰ ਦਾਨ ਕੀਤੇ ਹਾਂਜੀ ਗੁਲਾਮੁੱਲਾ ਸੰਗੇਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਈ ਹੋਈ ਕਬੱਡੀ ਹਾਂਜੀ ਇੱਧਰ ਦੇਖਾਂਗੇ ਸਮਾਣਾ ਪੁਲ ਤੋਂ ਆਏ ਹੋਏ ਸਾਡੇ ਵੀਰ ਅੱਜ ਕਬੱਡੀ ਜਿਹੜੇ ਨੇ ਸਾਹਮਣੇ ਪਈ ਹੋਈ ਕਬੱਡੀ ਦੇਖਾਂਗੇ ਹਾਂਜੀ ਵਾਹ ਯਾਸਰ ਸੀਮਾ ਵਿਕਾਸ ਗੁੱਜਰ ਵਿਕਾਸ ਗੁੱਜਰ ਔਰ ਯਾਸਰ ਸੀਮਾ ਹਰ ਧੱਕੇ ਵੱਜਦੇ ਹੋਏ ਹਰਦੇ ਲਾਗੇ ਹੁੰਦੇ ਹੋਏ ਆਓ ਜਾਂਦਾ ਯਾਸਰ ਸੀਮਾ ਕਾਮਯਾਬ ਹੋਇਆ ਯਾਸਰ ਸੀਮਾ ਹਰੇ ਦੇ ਉੱਤੇ ਫਿਰ ਇੱਕ ਵਾਰੀ ਪੁਆਇੰਟ ਭਾਸ਼ਾ
अगर ਪਾਕਿਸਤਾਨ ਏਅਰਫੋਰਸ ਨੰਬਰ 10 ਦੋਹਾਂ ਬੰਨੇ ਨੰਬਰ 10 10
मोहम्मद शबीर चिश्ती कप्तान पाकिस्तान कौमी कबड्डी टीम टाइगर ऑफ पाकिस्तान एसएम कबड्डी के ऊपर है। लगेगा पता होनी छोटे हल्की बंदी का तारियां मारो करे जी कौमी टीम का कप्तान उधर लग गया पता जी और ये कहने कोई फायदा नहीं कारतूस चलेगा कौमी खेल है मित्र जफा कले नु कलेगा जफा कले नु कलेगा। सारे मुख मेहमान भरपूर मजा ला रहे मुहरम जनरल जनरल एसएम महमूद साहब इस मैच का आनंद मान रहे गल का कबो एसएम कबड्डी के ऊपर लाने की कबड्डी बल्ले 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 राजेश मंडल का टक्कर माइक ओवर टू पीसी ग्लानी फादर। हां जी पहली वाटर ब्रेक से तत्काल से पॉइंट देखो दोनों टीमों ने पाकिस्तान एक फोरस 11 पॉइंट और पाकिस्तान ने कबड्डी की करत सेवा चंडा पाकिस्तान का जनरल आसिफ महमूद उच्चा लहराम दिया और चलो मारी है जी होया टक्कर साजा गुजर और शासन सीमा के सामने टक्कर बदन गुंदवा चल जाना हो गए टक्कर फाड़ने की कोशिश पॉइंट जी चल जाना भाई मोहम्मद रफान माना माना घ्याले वाला चलिया घ्याले वाला माना चल देखो कहने नाल होगी टक्कर एक दो तीन नहीं असि चार भरा जेड़ा चंगा लगता तू हाथ हो शुरू ला माने की होगी टक्कर हो गए गुसम गुरफा सेंटर लाइन से आके पॉइंट मोहम्मद रफान माने का टेक्निकल तरीके ना लाया हुआ जफा और लिया है नंबर मोहम्मद शफीक चिश्ती टाइगर ऑफ पाकिस्तान मोहम्मद शफीक चिश्ती कप्तान पाकिस्तान कबड्डी टीम सर्च करने की कोशिश हल्का जा टच मारिया मोहम्मद आसफ सोले नु डॉक्टर मोहम्मद अशर का इशारा पॉइंट कहते बदल बदल मुंडवा पटा में जान हो चाहिए आता मजबूत लोगो गेम सुधरती सीख के कोच करो जिम्मे चमड़े नु सुधारे करबूत लोगो कोई तांग ना होवे होर दुनिया दी चेते रहे ग्राउंड और रूप लोगो खेडा खेल के जो जग दे नाम कमांदे ने तूनो बचता है उना नु सलूट लोगो और देखो लाला बहादुर ला कंबो जी होई टक्कर पॉइंट पॉइंट ला दे पॉइंट ला दे लाला बहादुर ला कंबो शेर पंजाब का खिताब लिया इस नौजवान नु आज देखो आई देखो अगली कॉपी वास्ते जाफर सीमा का 135 आदमी कमाल को जिथे ने कभी रफीक सीमा बड़े मशहूर कबड्डी का प्लेयर होंगे सर कोई टक्कर देखो लाइन से के लिए सारा हमला ते सेंटर लाइन तो हां जी उन्होंने लाइन जज ने किया कि जाफर ने टच करने के बाद कहते लाइन जज क्रॉस कर गए इससे उन्होंने हाँ जी पाई गई रेड ते अंपायर का इशारा हाँ जी फिर रिव्यू मर गया देखो सुल्तान बादशाह ने टाइगर ऑफ पाकिस्तान पाकिस्तान का मानतरा चार जाफियां दी संगली एक पासे हाँ जी हो गया टक्कर आए हाय 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 जबरदस्त तरीके दे नाल बकास फुर्जर ने फाड़ने की कोशिश लेकिन पॉइंट लेके नच नच टपता चिश्ती गया होया अपने मैदान दे विच अगली कबड्डी लाला अबैदुल्ला कंपो हाँ लाला अबैदुल्ला कंपो इन लोगों की लाला अबैदुल्ला इहदा नाम हाथ ला के जाफी नू आए लोगों फड़ाना नहीं है बा आए हीरो है कबड्डी का ते कबड्डी इहदी मां नरम सवाला है गबरू ਇਹਨੂੰ ਮਿਲਿਆ ਹੈ ਗਰਾਉਂਡਾਂ ਵਿੱਚੋਂ ਜੀ ਜੀ ਚਲੋ ਮੁਹੰਮਦ ਹੋ ਗਿਆ ਸ਼ਰਫ ਜਵੇਦ ਜੰਜੂ ਨਾਲ ਟੱਕਰ ਹੋ ਗਈ ਟੱਕਰ ਸਾਂਝੀ ਆਮਣਾ ਸਾਹਮਣਾ ਜਾਏ ਜਮਾ ਆਏ ਦਾਦਾ ਸਰ ਜਾਮੀ ਸਰਿਆਲੇ ਨੇ ਫਾਲੇ ਦੀ ਕੋਸ਼ਿਸ਼ ਸਾਨੂੰ ਥੋੜਾ ਜਿਹਾ ਇੱਥੇ ਅੱਗੇ ਸਾਡੇ ਕੁਝ ਪ੍ਰੈਸ ਫੋਟੋਗ੍ਰਾਫਰ ਔਰ ਦੂਸਰੇ ਬੈਠੇ ਨੇ ਦੋਸਤ ਜਿਹਦੀ ਵਜ੍ਹਾ ਨਾਲ ਸਾਨੂੰ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ ਜਾਫੀ ਨੂੰ ਦੇਖਣ ਵਾਸਤੇ ਅੱਲਾਹ ਤਾਲਾ ਲਾਦੇ ਬੈਦੁੱਲਾ ਕੰਬੋਲ ਗੱਲ ਕਰਨ ਦੇ ਵਿੱਚ ਲਓ ਰੇਡ ਦੇ ਉੱਤੇ ਕਿੰਨੇ ਨੌਜਵਾਨ ਦਾ ਨਾਂ ਹੈ ਯਾਸਰ ਸੀਮਾ ਰੂੜੀ ਕਮਾਲਪੁਰ ਫੈਸਲਾਬਾਦ ਇਸੇ ਧਰਤੀ ਦਾ ਮੈਨ ਆਫ ਦਾ ਮੈਚ ਮੈਨ ਆਫ ਦਾ ਟੂਰਨਾਮੈਂਟ ਪਿਛਲੀ ਵਾਰ ਦਾ ਔਰ ਫਿਰ ਇੱਕ ਵਾਰੀ ਸਾਹਮਣੇ ਜੋ ਹਾਂਜੀ ਸਾਜੇ ਗੁਜਰ ਦੇ ਨਾਲ ਹਲਕਾ ਜਿਹਾ ਟੱਚ ਹੋਇਆ ਅੰਕ ਜੋ ਹੈ ਪਾਕਿਸਤਾਨ ਮਾਮਲਾ ਦੀ ਟੀਮ ਦੇ ਇਸੇ ਪਾਕਿਸਤਾਨ ਮਾਮਲਾ ਸਰਦਾਰਾ ਔਰ ਪੀ ਐਫ 14 ਪੁਆਇੰਟ 14 ਔਰ
पाकिस्तान लेकिन इरफान भाना और विकास मान जो है तेरे कमी बड़ी महसूस हो रही है। लो रेल के मोहम्मद शफीक चिश्ती फिर भाई उस बड़ी मेरे नौजवान शफीक चिश्ती बहुत सोने हैं टाइगर ऑफ पाकिस्तान मोहम्मद शफीक चिश्ती कॉमी कबड्डी टीम का कप्तान। लो फिर आर मैं क्या होया क्या बात है कौटी झंडा में जोर से फप दिए चलो विच मैदान कमाल करिए सारी अपने आप पे बज दिए सारी अपने आप पे बज दिए यासर सीमा विकास गुजर मगर चलिया हो और यासर सीमा का मुकाबला हो रहा है। हाँ जी विकास गुजर यासर सीमा से विकास गुजर मोहम्मद शफीक समुद्री बताई गांव की समुद्र रहने वाला शेर इंटरनेशनल कबड्डी प्लेयर जिन्हें इंग्लैंड और कनाडा में जाके इस मुल्क का नाम उच्चा किया सिंगापुर में जाके इस मुल्क का नाम उच्चा किया की सूरत हाल बनी हुई है जी मुझे लगेगा पता कि सूरत हाल कि नंबर पाकिस्तान बॉर्डर नंबर बनते हुए तुम देते पे हो भाई नंबर पाकिस्तान एयरफोर्स नंबर की कबड्डी बॉल वास्ते मेरे करीब रिव्यू लिया मंगया है जी पाकिस्तान एयरफोर्स ने बराबर रिव्यू मंगया की सूरत बन गया कबड्डी है जी कहते जंग के जहाज जिन्ना जोर मित्रो जित के नहीं जाता इस मित्रो सब बेटिया ने गल समझा रखिया फिर मैं तेरे उत्ते शर्त ने ला रखिया मोहम्मद अरफान जट सख्त हुई है ਕੋਲੇ ਪਾਇਆ ਭਾਵਾਂ ਨੇ ਆ
बल्ले 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 चकदा टपदा जिवें हुण नारियल घोड़ा चल पी। मुहम्मद शफीक चिश्ती आसिया कबड्डी दे उपर नौजवान का नाम है मुहम्मद शफीक चिश्ती साहिवाल का रहने वाला नौजवान पाकिस्तान कौमी टीम का कप्तान। टक्कर हुई है वकास गुर्जर के नाल पर नहीं चिश्ती कहता नहीं दलेर चिश्ती दलेर चिश्ती शेर चिश्ती। अगली कबड्डी पाने वास्ते इसने इतिहास की खेल मुकम्मल होई गई है जी। अच्छा अमान का दस्सो कबड्डी कैसी हो रही है जी पाकिस्तान बहुत का भाई एयरफोर्स त्रई एक नंबर तो एक बहुत अच्छे भाई हुई थे दूसरे हाफ में बहुत मोहम्मद अरफान माना मोहम्मद शफीक चिश्ती पाकिस्तान का मान तरान चल मोहम्मद शफीक चिश्ती पाई हुई रेट चौं जाफिया बड़ी सैकड़ी खिलाड़ी शूट दे जिवें सागरां दे विच तूफान लाला बहादुर लखपो लख रुपया और ट्राफी बड़ा जोर है जी। अब देखो यह कबड्डी का पछाड़ो सिवाय से जीवा एक शर्फी माखा ला लाला जफे गर्मी खाके आए कहते कतर साहब सफर वास्ते गड्डी चंगी रेल हुंदी आ तुर लगी होई कैंची सेंटर जेल हुंदी आ। जबरदस्त कबड्डी मैच पछाड़ो सिवाय से जीवा ने बड़ी खूबसूरत कैंची लगा के लाला बहादुर नाल कंट्रोल पर प्रेस दूसरी दफा कप्तान मोहम्मद अरफान माना जीती हुई रेड देखो चौं जफियां दी बनी संगली देखो इहदे नाल हुंदा टच हल्का जिहा टुटिया होया फिर फड़ना भरने की कोशिश मोहसिन नसीर वाले ने फड़ने की कोशिश गुत्थम गुत्था हो गए टच फड़ने की कोशिश वाह कहने मैं नड्डू फड़ने की कचहरी हो वाह जे पहली पेशी यार छुट जाए जी मोहम्मद अरफान माना खूबसूरत लेकिन कोई गल नहीं हो जाती है ਉਸ ਵੀਰ ਦਾ ਨਾਂ ਲਵਾ ਉਸ ਗੁਰੂ ਨੂੰ ਕੀ ਗਵਾ ਤੇਰੇ ਗੁਰੂ ਜੀ ਤੋਂ ਟੁੱਟ ਗਿਆ ਨੇ ਤੇਰੇ ਗੁਰੂ ਜੀ ਤੋਂ ਰੁਕਸਤ ਹੋ ਗਿਆ ਨੇ ਮੈਨੂੰ ਉਹ ਜਵਾਨ ਸੂਚਰ ਯਾਦ ਆਉਂਦਾ ਮੈਨੂੰ ਬੜਾ ਗੁੱਸਾ ਵੀ ਆ ਇਹਦਾ ਯਾਦ ਆਉਂਦੀਆਂ ਨੇ ਔਰ ਯਾਦ ਕਿਹੜੇ ਵਰਗੇ ਪੁੱਤਰ ਅਰਿਆਸ ਮਿਆਣਾ ਇੱਕ ਰਿਆਜ਼ ਹੈ ਅਰਿਆਸ ਕਿਹੜੇ ਵਰਗੇ ਪੁੱਤਰ ਕਿੱਥੋਂ ਅਮਾਨਤ ਬਾਜੇ ਵਰਗੇ ਕਿੱਥੋਂ ਤੇਰੇ ਜਵਾਨ ਵੀਰ ਬਾਜੇ ਵਰਗੇ ਇੱਕ ਲੱਖ ਰੁਪਈਆ ਦੇ ਤੁਹਾਡੀ ਨੂੰ ਅੱਜ ਲੱਖ ਰੁਪਈਏ ਦੇ ਨੇੜੇ ਕਿਹੜੀ ਟੀਮ ਜਾਂਦੀ ਹੈ 50,000 ਰੁਪਈਆ ਕਿਲੋ ਮਿਲਦਾ ਹੈ ਜੀ ਪੁਆਇੰਟ ਦਿੱਤਾ ਹੋਇਆ ਔਰ ਪੈਰ ਜੋ ਹੈ ਕੁਚਲ ਲੋਕ ਦੇ ਜਿੰਨੇ ਦਾ ਵਾਰ ਹੋਇਆ ਸੀ ਹਾਂ ਜੀ
चार पॉइंटा लीड बना रखी है, चार पॉइंटा लीड ये सभी अठाई हाय नौजवान क्या होया अमर स्पाइस जट मुहानिया भारतीय फर के आए बाहर कटिया गुजर आए गुजरा गुजर वेर जिम्मे चार रात नच रहे हो जी खुश हुए है लेकिन ये भी रात है चांद वर्गी क्योंकि चार रात होती है जो फिर दोबारा दिन आवे अज फिर 15 सितंबर तो बाद इस तहसील लाया होया मेला मैं पी हो अपने सारे मेंबरां दा शुक्रिया अदा करदा लो रेल दे फिर क्या होया लाला लाला कंबो पुछा लो जवे जजवा जजवा लाला लाला जजवा जजवा लाला लाला जजवा जजवा लाला कबड्डी दे पहाड़ आए आए आओ क्या आई नौजवान भाई मेरी कबड्डी है लाले अहमदुल्ला कंबो दी कहता लख रुपया लैके जाना लख रुपया जित के जाना पर नंबर लाले का कहता लख दे ने ने जाने लाला 34 नंबर पाकिस्तान एयरफोर्स 26 नंबर पाकिस्तान बार का बड़ा कप सारे बदाम रखा हुआ कर्नल साहब ने कप ले आके जिसका जी कर रहा है कप को हाथ पाले लख रुपया लिया कप मैदान के बीच पिया हुआ जी हंसे तारियां मारो कप वास्ते के भरपूर तारियां एफएम पंजाब का मान मोहम्मद जाकर कीमा चर्बी एयरफोर्स का एफएम बहुत तगड़े चर्बी देते हुए उधरों मेरे वीर जवान को गर्वा पूरा मरिया लाए सैन का श्यामा भी सारा फटिया हुआ मेला बढ़िया मैदान बनया हुआ अगले बने लगेगा पता मन जा गुजर सारे सरकार गुजर तक काम आ रहे जी ऐसा गया सरकारा जापिया भी पड़ाला नंबर रेजर का पर नंबर रेजर का और ये दूरी हाँ की रिव्यू हजे है कि एयरपोर्ट से बोल एयरपोर्ट का इशारा कि सानू रिव्यू दिता जाए
ਸੌਜੀ ਇੱਧਰ ਕੀ ਹੋ ਗਿਆ ਮੁਹੰਮਦ ਰਫਾਨ ਮਹਾਨਾ ਜੱਟ ਕਬੱਡੀ ਦੇ ਉੱਪਰ ਇੱਕ ਗੱਲ ਬੜੀ ਮਸ਼ਹੂਰ ਗਈ ਇਹਦੇ ਬਾਰੇ ਜੇ ਦੋ ਕੁੜੀ ਦਿੱਲੀ ਗਹਿਰ ਦੀ ਤੇ ਮੈਂ ਵੀ ਜੱਟ ਉਹਦੇ ਹਾਣੇ ਦਾ ਮਜਰਫ ਮਹਾਨਾ ਮਜਰਫ ਮਹਾਨਾ ਨੰਬਰ ਮਹਾਨੇ ਦਾ ਮਜਰਫ ਦਾ ਲੈ ਲਾ ਆਪਣੇ ਬਾਤ ਚੱਲ ਕੇ ਇਹੋ ਹੀ ਗੱਲ ਸੀ ਪਰ ਕਹਿੰਦੇ ਨੇ ਕਿ ਰਾਹੋਂ ਪਰਾਂ ਨਾ ਪਈਏ ਭਾਵੇਂ ਦੂਰ ਹੋਵੇ ਤੇ ਗੁੱਡਿਆ ਦੁੱਧ ਨਾ ਪਈਏ ਭਾਵੇਂ ਦੂਰ ਹੋਵੇ ਤੇ ਮਾਪਿਆਂ ਨੂੰ ਬੁਰਾ ਨਾ ਕਹੀਏ ਭਾਵੇਂ ਉਹਨਾਂ ਦਾ ਕਬੂਲ ਹੋਵੇ ਘਰੀ ਗੱਲ ਨਾ ਕਰੀਏ ਭਾਵੇਂ ਜੰਨਤ ਦੀ ਹੂਰ ਹੋਵੇ ਇੱਧਰ ਪੈਂਦਾ ਪਾਕਿਸਤਾਨ ਬਾਬਰ ਗੁੱਜਰ ਬਾਬਰ ਗੁੱਜਰ ਫੋਗੀ ਸਾਹਿਬ ਕਾ ਸਾਡੇ ਗੁੱਜਰ ਦੇ ਨਾਲ ਪਰ ਨਹੀਂ ਮਾਇਆ ਕਰ ਜੀ ਮਰਸ਼ਾ ਦੀ ਇਮਾਮ ਸਾਜਿਦ ਖਾਨ ਗੁੱਜਰ ਦੇ ਹਲੇਰ ਕਰੀ ਜਾਂਦੇ ਆ ਪੰਜਾਬ ਗੁੱਜਰ ਲੱਗਣ ਵਾਲੀ ਸਵਾਈ ਕਰੀ ਜਾਂਦੇ ਜੀ ਹਲੇਰ ਤੇ ਹਲੇਰ ਕਰੀ ਜਾਂਦੇ ਆ ਸਾਜਿਦ ਖਾਨ ਗੁੱਜਰ ਬਹੁਤ ਬਹੁਤ ਜਿਹਾ ਮੈਚ ਤੂਫਾਨ ਕਾਫੀ ਜਿੰਨੇ ਰਾਹ ਦੇ ਪੱਥਰ ਉਹ ਸਾਰੇ ਵੇਖਦੇ ਰਹਿ ਗਏ ਕੀਮਾ ਲਹਿਰਾਂ ਨਾਲ ਡਿੱਗੇ ਦੇ ਉਹ ਸਾਰੇ ਵੇਖਦੇ ਰਹਿ ਗਏ ਪਰ ਉੱਧਰ ਕੀ ਹੋ ਗਿਆ ਇਹਨਾਂ ਦੀਆਂ ਭਰਪੂਰ ਮੁਹੱਬਤਾਂ ਜੀ ਭਰਪੂਰ ਪਿਆਰ ਮਿਹਨਤ ਪਾਉਣਾ ਬਹੁਤ ਸ਼ੁਕਰੀਆ ਇੱਧਰ ਕੀ ਹੋ ਗਿਆ ਜੀ ਹੁਣ F16 ਆ ਗਿਆ ਜੀ ਮਾਨਾ ਜੱਟ ਹੈ ਪੁੱਤ ਜੱਟ ਦਾ ਚੂੜ ਵੱਜਿਆ ਵੱਡਾ ਮਜਰਮ ਜਜਵਾ ਕਹਿੰਦਾ ਪੁੱਤ ਫਰਦਾ ਕੈਂਚੀ ਕਦੀ ਮਾਰਦਾ ਏ ਕਦੀ ਜਾਂਦਾ ਏ ਸਾਰੀ ਪਰੇਸ਼ਾਨ ਜਾਪੀ ਮਜਰਮ ਨਾ ਏ ਦਲੇਰ ਗੱਭਰੂ ਦਾ ਸਾਰੀ ਦੁਨੀਆ ਦਾ ਹੈ ਤੂਫਾਨ ਜਾਪੀ ਤੂਫਾਨ ਜਾਪੀ ਤੂਫਾਨ ਤਾਰੀਆਂ ਜੀ ਮਜਰਮ ਜਜਵਾ ਤੇ ਭਰਪੂਰ ਤਾਰੀਆਂ ਨਹੀਂ ਚੰਗਾ ਲੱਗਦਾ ਸੋਹਣਾ ਏ ਦੁਨੀਆ ਦਾ ਤੂਫਾਨ ਜਾਪੀ ਆ ਕਹਿੰਦੇ ਨਾ ਹੈ ਮਜਰਮ ਤੇ ਪਿੰਡ ਦਾ ਬਾਹਰ ਕੇ ਜੱਗ ਸਾਰਾ ਕਬੱਡੀ ਤਗੜਾ ਮੁਕਾਬਲਾ ਤਗੜਾ ਮੈਚ ਲੱਗਦਾ ਪਿਆ ਬਣਾਇਆ ਪਹਾੜਾਂ ਦੀ ਟੱਕਰ ਸ਼ੇਰਾਂ ਦੇ ਨਾਲ ਮੁਕਾਬਲਾ ਹਾਥੀਆਂ ਦਾ ਤੋਲ ਔਰ ਕਮਜ਼ੋਰ ਦਿਲ ਦੇ ਲੋਕ ਕਬੱਡੀ ਹੁਣ ਨਾ ਹੀ ਵੇਖਣ ਤੇ ਚੰਗੀ ਗੱਲ ਆ ਬਹੁਤ ਵਧੀਆ ਕੰਮ ਬਣਿਆ ਹੋਇਆ ਖਸਮਾਂ ਜਿਹਾ ਮੁਕਾਬਲਾ ਟੱਕਰ ਬਹੁਤ ਤਗੜੀ ਕਬੱਡੀ ਦੇ ਉੱਤੇ ਇਸ ਟਾਈਮ ਨੌਜਵਾਨ ਲਾਲਾ ਦਰਸਾ ਕੰਬੋ ਥੰਡਰ ਥੰਡਰ ਦੇ ਨਾਲ ਜਾਣਾ ਕਹਿੰਦਾ ਏਅਰ ਫੋਰਸ ਦਾ ਥੰਡਰ ਜਹਾਜ਼ ਇਸ ਟਾਈਮ ਕਬੱਡੀ ਦੇ ਪ੍ਰੈਸ ਮਹਿਕਮੇ ਵਿੱਚ ਸਾਰੇ ਜਹਾਜ਼ ਹੀ ਹੁੰਦੇ ਆ ਜੀ ਭਾਈ ਹੋਈ ਕਬੱਡੀ ਹੈ ਇਸ ਟਾਈਮ ਨੌਜਵਾਨ ਲਾਲਾ ਦਰਸਾ ਕੰਬੋ ਔਰ ਕੀ ਹੋ ਗਿਆ ਜੀ ਜੇਕਰ ਕਿ ਲੱਗਾ ਲਾਲਾ ਪੰਜਾਬੀ ਮੁਹੰਮਦ ਰਫਾਨ ਮਹਾਨਾ ਜੱਟ ਕਬੱਡੀ ਦੇ ਉੱਪਰ ਔਰ ਮਾਈਕ ਦੇ ਉੱਪਰ ਮਹਾਨ ਜੱਟ ਲੁਧਿਆਣ ਜਾਂ ਪਾਕਿਸਤਾਨ ਦੇਖੋ ਕਿਹਦੇ ਨਾਲ ਅਸੀਂ ਟੱਕਰ ਅੱਗੇ ਪਾਕਿਸਤਾਨ ਫਾਲਤਾ ਦੇ ਚਾਰ ਮਾਵਾਂ ਦੇ ਬਲੀ ਪੁੱਤਰ ਇੱਕ ਦੋ ਤਿੰਨ ਨਹੀਂ ਅਸੀਂ ਚਾਰ ਭਰਾ ਜਿਹੜਾ ਚੰਗਾ ਲੱਗਦਾ ਤੂੰ ਹੱਥ ਖੋਲ ਤੂੰ ਲਾ ਦੇਖੋ ਇੱਕ ਪਾਸੇ ਬੋਲਸਰ ਮਸੀਦ ਵਾਲਾ ਨੂੰ ਟੱਕ ਹੋਇਆ ਔਰ ਪੁਆਇੰਟ ਪ੍ਰਕਾਸ਼ ਮਾਰਨੇ ਦਾ ਪੁਆਇੰਟ ਪਾਸ ਦਿੱਤਾ ਗਿਆ ਨਾ ਅੱਜ ਖੱਤੀ ਵੱਡੀ ਚੱਪੀ ਸਿਰਤਾ ਸਾਥ ਦੇਖੋ ਕਿਹੜੇ ਖੇਤਰ ਖੜਦਾ ਪਾਕਿਸਤਾਨ ਦੇ ਖੋਲ ਦੀ ਜਈ ਹੋਈ ਸੀ ਔਰ ਪਾਕਿਸਤਾਨ ਫਾਲਤਾ ਦੀ ਤਰਫੋਂ ਵੀ ਭਰਪੂਰ
मुकाबला किया जाता चाह है आगे जा जी कारण में भी सही हुई कबड्डी आए पॉइंट जान जोश से फुर्ती ने लाले का नंबर लाले का लत खा ली है लेकिन कबड्डी नैट से फिर आ गया मुझे जाना है वो ले गए ये है यासर सीमा देर से बाल काटने और जब्बे काटने रेल उसे फिर आया नौजवान नौजवान
ਇਹ ਖਿਆਲ ਨਾ ਪਾਈਏ ਇੱਕ ਭਾਈ ਹਰ ਕੋਲ ਲਾਲਾ ਦੇਖੋ ਵੱਡੀ ਗੱਡੀ ਤੇ ਛੋਟੀ ਗੱਡੀ ਔਰ ਸੋਹਣਿਆ ਵਨ ਟੂ ਫਾਈਵ ਤੇ ਨਹੀਂ ਨਾ ਚਲਾਇਆ ਕਰੋ ਨਹੀਂ ਕਰ ਸਕਦੇ ਪਾਕਿਸਤਾਨ ਬਹੁਤ ਹੀ ਖੂਬਸੂਰਤੀ ਨਾਲ ਇਹ ਹੈ ਖਾਲਸ ਮਹਿਲ 38-45 ਲੱਖ ਰੁਪਈਆ ਲਿਆ ਬੱਚਾ ਸਰਾ ਕੱਪ ਜਿਵੇਂ ਸਫੈਦਾ ਮੋਟੇ ਲਿਆਂਦਾ ਐਡਾ ਕੱਪ ਲੈਂਦਾ ਹੈ ਟਰਾਫੀ ਵੇਖੋ ਜਿਵੇਂ ਵੱਡਾ ਸਫੈਦਾ ਏਡੀ ਭਾਰੀ ਚੁੱਕਿਆ ਕੌਣ ਹਾਏ ਇਹ ਕੋਈ ਟੀਮ ਜਿੱਤਦੀ ਹੈ ਤੇ ਪਹਿਲੀ ਵਾਰੀ ਚੈਂਪੀਅਨ ਬਣਦੀ ਹੈ ਕੁਰਸੀ ਨਾ ਦਿੱਤੀ ਹੱਥ ਆ ਕੇ ਵਾਰੀ ਇਹ ਕੰਮ ਹੋ ਗਈ ਅੰਦਰ ਤਿਆਰ ਹੋ ਗਿਆ ਆਈ ਔਰ ਜੀ ਹੋਏ ਨਾ ਚੌੜੀ ਸਾਡੀ ਦੇ ਨਾਲ ਪੂਰਾ ਮੇ ਫੱਟ ਹੋ ਗਿਆ ਸਰਕਾਰ ਪਠਾਨ ਜੋ ਬੰਦਾ ਨਾ ਸਵਾਰ ਦੇ ਨਾ ਕੋਟਾ ਦੇ ਨਾ ਕਾਰ ਦੇ ਹਾਂਜੀ ਖਾਨ ਅਖਤਰ ਖਾਨ ਪਠਾਨ ਜਾਨੇ ਸੁਣਾਇਆ ਅਖਤਰ ਖਾਨ ਪਠਾਨ ਦੀ ਬਈ ਕਬੱਡੀ ਯਾਦਾਂ ਦੇ ਤੇ ਹੱਥ ਲੱਗਿਆ ਬਈ ਅਖਤਰ ਖਾਨ ਪਠਾਨ ਹਾਂਜੀ ਓ ਹਾਏ ਕੋਈ ਗੱਲ ਨਹੀਂ ਅਖਤਰਾ ਘੋੜਾ ਨਵੀਆਂ ਖੁਰੀਆਂ ਲਵਾ ਕੇ ਆਇਆ ਨੌਜਵਾਨ ਗਿਆ ਹੋਇਆ ਇਹਦੇ ਖਾਸ ਮਹਿਲ ਪੱਥਰ ਗਿਆ ਫੈਸਲਾਬਾਦੀ ਧਰਤੀ ਹੈ ਉਹਦਾ ਕਬੱਡੀ ਦੇਖਾਂਗੇ ਮਾਤਾ ਕੀ ਹੈ ਹਾਂਜੀ ਨਵੀਂ ਹੋ ਗਿਆ